भाई जान उठे बह के बड़ा हस रहे से तुसी है आ गए हो ना तुसी भी दार दे थल्ले माशाल्लाह यार हसी जाने बूटी ते नहीं पीती अच्छा शुक्र है या किसी नु लैन भेजा होवे नहीं 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 अच्छा 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 की नाम है अपना मुबशर हसन हैं मुबशर हसन मुबशर हसन वाह जी वाह मुबशर साहब की हाल है तुम्हारे ठीक ठाक तुम सुनाओ हाँ जी मैं गागा वजा ने मैं भी ठीक हाँ बस सही माशाल्लाह शुक्र अल्हम्दुलिल्लाह की हो रहा बस वेल पोंडी कर कसम ना ले काम छड़ी ना फिर मिलता नहीं तेरी मेहरबानी काम बहुत अलग काम वैसे को काम नहीं करते जिन्हें करना करना की कर दे मैं पीएचए पीएचडी पीएचए हैं पीएचए पीएचए ये पार्का वगैरह का इधारा है ना हाँ जी अच्छा अच्छा मैं आखे शायद वो कह रहे हैं कि पीएचए के यानी फिरा हुआ आदमी मैं ऐसा समझ गया मैं कि फिरा आदमी है शायद अच्छा अच्छा जब पाकिस्तान हॉर्टिकल्चर अथॉरिटी पाकिस्तान हॉर्टिकल्चर हाँ हाँ वही वही जरा तुझे आके है भाईजान वो हॉर्टिकल्चरल वही वाला हॉर्टिकल्चरल कोटी ठीक है गुड हो गया वो वाले पाकिस्तान तुझे यानी डीएचए कर रहे हैं की पीएचए तुझे कर दियो यानी हाँ जी हाँ जी ऐसे वेरी गुड पैसे भी देने नहीं है बस फिराई जाने बस फिराई जाने पैसे भी देने ने और की तनख्वाह लगी कितनी तनख्वाह देने ने तनु बस सरकारी है सरकारी है सही तनख्वाह है ना बाबा ठीक गुजारा हो रहा है ना हम ये बोल तंग नहीं कर रहे ना नहीं नहीं तंग अच्छा जब वैसे सारी उम्र ठीक है वैसे सी सारी जिंदगी किता ही है ठीक है जी और सब खैरियत है ठीक ठाक हो सब ठीक ठाक अच्छा कुछ ख्वाह प्याज भूख लगी है देखो तुसी देखो सरकारी यार सरकारी बंदा भी होना जी कहेगा यार ਕੋ ਤੋ ਨਹੀਂ ਲੱਗਦੀ ਥੋੜੀ ਬੋਤੀ ਨਾ ਉਹ ਤੁਹਾਨੂੰ ਕਿਹੜੀ ਲੱਗਣੀ ਹਾਂ ਸਾਨੂੰ ਆਪ ਨੂੰ ਵੇਖੋ ਹਾਂ ਉਹ ਤੁਹਾਨੂੰ ਤੇ ਡ੍ਰਿਪ ਲਗਣ ਵਾਲੀ ਆ ਮੈਨੂੰ ਤਾਂ ਇਹ ਲੱਗਦਾ ਚਲੋ ਚਲੋ ਵੈਰੀ ਗੁੱਡ ਯਾਰ ਚਲੋ ਅੱਛੀ ਗੱਲ ਹੈ ਥੈਂਕ ਯੂ ਮੁਬਸ਼ਰ ਭਾਈ ਥੈਂਕ ਯੂ ਹਾਂ ਲਓ ਜੀ ਇਹ ਵੇਖੋ ਜੀ ਇਹ ਪਾਰਕ ਹੈ ਜੀ ਇਹ ਸਾਹਮਣੇ ਚੱਲਨੇ ਆ ਭਾਈ ਜੀ ਭਾਈ ਜਾਨ ਕੀ ਪਾਰਕ ਹੈ ਯਾਰ ਪਾਰਕ ਦਾ ਮਜ਼ਾ ਆਇਆ ਅਸਲਾਮ ਅਲੈਕੁਮ ਭਾਈ ਜਾਨ ਕੀ ਹਾਲ ਹੈ ਠੀਕ ਠਾਕ ਹੋ ਭਾਈ ਜਾਨ ਬਹਿ ਸਕਦਾ ਅੱਛਾ ਜੀ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਭਾਈ ਜਾਨ ਥੈਂਕ ਯੂ ਭਾਈ ਜਾਨ ਕੀ ਹਾਲ ਹੈ ਠੀਕ ਠਾਕ ਹੋ ਅਲਹਮਦੁਲਿਲਾ ਸਭ ਖੈਰੀਅਤ ਹੈ ਸ਼ੁਕਰ ਅੱਲਾ ਅੱਛਾ ਕੀ ਨਾਮ ਹੈ ਆਪਣਾ ਨਵੀਦ ਅਹਿਮਦ ਨਵੀਦ ਯਾਨੀ ਖੁਸ਼ਖਬਰੀ ਦੇਣ ਵਾਲਾ ਬਿਲਕੁਲ ਯਾਰ ਵੈਰੀ ਗੁੱਡ ਅੱਜ ਤੇ ਫਿਰ ਇਹਦਾ ਮਤਲਬ ਹੈ ਤੂੰ ਖਾਣਾ ਖੁਣਾ ਕੋਈ ਹਾਂ ਬਿਲਕੁਲ ਖੁਸ਼ਖਬਰੀ ਕੋਈ ਹਾਂ ਕੋਈ ਬੋਤਲ ਸ਼ੋਟ ਚੱਲ ਸਕਦਾ ਆਪਕੇ ਪੱਲੇ ਚਾਹੀਦਾ ਸਾਰਾ ਕੁਝ ਹੋ ਸਕਦਾ ਹੈ कहने का मकसद कैसे लग रही है हथ ला लिये चुकी सीधी मूह ख्याल ना ही मिली है फोन बाद सुन ला ਭਾਜਨ ਕੋ ਕਾਰੋਬਾਰੀ ਡੀਲਿੰਗ ਕੋਈ ਗੱਲ ਨਹੀਂ ਪਾਰਕ ਦੇ ਬਹਿ ਕੇ ਕਾਰੋਬਾਰ ਨਹੀਂ ਹੁੰਦਾ ਵਿਹਲੇ ਅਰੇ ਤੁਸੀਂ ਵੀ ਵਿਹਲੇ ਹੋ ਵਿਹਲੇ ਇਸ ਲਈ ਤੇ ਪਾਕਿਸਤਾਨ ਦੇ ਤੇ ਆਫਤ ਨਹੀਂ ਆ ਰਹੀ ਸਾਰੇ ਤੇ ਵਿਹਲੇ ਜੀ ਮੌਲ ਸਾਹਿਬ ਭਾਜਨ ਆ ਨਾ ਫੇਰ ਚੁੱਕ ਲਈ ਤੂੰ ਤੇਰੇ ਮੈਂ ਅੱਗੇ ਵੀ ਕਿਹਾ ਪੁੱਛ ਕੇ ਚੀਜ਼ ਫੜੀ ਦੀ ਹੁੰਦੀ ਐ ਪੱਥਰ ਦੀ ਇਹਨੂੰ ਨਹੀਂ ਸੁਣ ਸਕਦਾ ਪੱਥਰ ਦੀ ਹੋਏਗੀ ਫੇਰ ਲਾ ਲੇਗਾ ਮੂੰਹ ਤੇ ਪਤਾ ਨਹੀਂ ਕਿ ਅਸੀਂ ਗੱਲ ਕਰ ਰਹੇ ਹਾਂ ਮੂੰਹ ਦੇ ਹਿਸਾਬ ਨਾਲ ਚੀਜ਼ ਲਾਈ ਦੀ ਹੁੰਦੀ ਰੱਖ ਉੱਥੇ ਯਾਰ ਤੁਹਾਡੀ ਕੋਈ ਖਾਸ ਹੈ ਲਾਈਏ ਤੇ ਬੰਦੇ ਕੋਈ ਅਜੀਬ ਜਿਹਾ ਨਜ਼ਰ ਆਉਂਦੇ ਨਹੀਂ ਨਾਲ ਤੁਸੀਂ ਸੋਟ ਵੀ ਫੜ ਲਓ ਫੇ ਪਾਰਕ ਦੇ ਬਾਅਦ ਵਸੀਏ ਲਗੇ ਫਿਰੋ ਯਾਰ ਮੈਂ ਕਹਿੰਦਾ ਮੈਂ ਕੱਲਾ ਵੀ ਰਾਸੀ ਆ ਤੁਹਾਨੂੰ ਤਮੀਜ਼ ਦੇ ਦਾਇਰੇ 'ਚ ਗੱਲ ਕਰ ਰਿਹਾ ਤੁਹਾਨੂੰ ਸਮਝ ਨਹੀਂ ਆ ਰਹੀ ਰੱਖੋ ਧਿਆਨ ਤੁਸੀਂ ਤੇ ਨਾਰਾਜ਼ ਹੀ ਹੋ ਗਏ ਨਾਰਾਜ਼ ਆ ਲੀਂਦੀ ਕੀ ਗੱਲ ਹੈ ਮਾਲੇ ਭਾਈ ਪੱਥਰ ਦੀ ਆ ਨੇ ਕਿ ਜਲਾਣੀ ਆ ਨੇ ਕਿ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਤੇ ਇੱਕ ਅੱਧੀ ਜੀਬ 'ਚ ਪਾ ਕੇ ਰੱਖਿਆ ਕਰੋ ਐਸੀ ਗੱਲ ਹੈ ਹੁਣ ਇਹਦੇ ਨਾਲ ਪੰਗੇ ਸ਼ੁਰੂ ਕਰਤੇ ਤੇਰੇ ਹੱਥ ਕਿਉਂ ਨਹੀਂ ਖਲੋਂਦੇ ਇੱਕ ਜਗ੍ਹਾ ਤੇ ਕਿਸੇ ਚੰਗੀ ਜਗ੍ਹਾ ਤੇ ਖਲਾਰ ਦਿਆਂ तो फाड़ लेंगा। है कोई तेज़ तमीज़ वाली गल
ਭਾਈ ਨਹੀਂ ਤੇ ਤੁਸੀਂ ਕਿਹੜੀ ਕੋ ਡਰਿੰਕ ਦੀ ਬੋਤਲ ਰੱਖ ਦਿੱਤੀ ਹੈ ਡਰਿੰਕ ਦੀ ਬੋਤਲ ਵੀ ਤੂੰ ਚੁੱਕ ਕੇ ਥੱਲੇ ਸੇੜਤੀ ਹੈ ਉਹ ਤੇ ਮੈਂ ਉਹ ਵੀ ਚੁੱਕ ਕੇ ਲੈ ਗਿਆ ਭਾਈ 80 ਰੁਪਏ ਦਾ ਤੂੰ ਮੇਰਾ ਨੁਕਸਾਨ ਕਰਦਾ ਬੈਠ ਕੇ ਯਾਰ ਕੋਈ ਤਮੀਜ਼ ਦੇ ਦਾਇਰੇ ਚ ਰਹਿ ਕੇ ਕੰਮ ਕਰ ਲੋ ਯਾਰ ਇਹਨੂੰ ਫੜ ਕੇ ਰੱਖੀ ਇਹਨੂੰ ਇੱਥੇ ਹੀ ਲਾ ਦੇ ਕਿਉਂ ਇੰਨਾ ਪਾਖਾ ਹੋਇਆ ਮੈਂ ਯਾਰ ਭਾਈ ਨੂੰ ਤੁਸੀਂ ਕੀ ਖਾਲੇ ਅਸੀਂ ਨਾ YouTube ਤੇ ਬਣਾਉਣੇ ਆ ਪ੍ਰੋਗਰਾਮ ਭਾਜੀ ਹਾਂਜੀ ਦੋ ਚਾਰ ਨਾ ਅਸੀਂ ਐਂਜੀ ਜਿਹੜੇ ਮਾਈਕ ਨੇ ਨਾ ਗਵਾ ਦਿੱਤੇ ਨੇ ਅਸੀਂ ਉਹਦੇ ਕੋਲ ਪੁੱਛਿਆ ਨਹੀਂ ਉਹ ਵੀ ਲੈ ਗਏ ਨੇ ਸਾਨੂੰ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਲਾ ਦਿਓ ਅਲਹਮਦੁਲਿਲਾ ਵੀ ਤੁਹਾਡਾ ਨਿਨਾਰ ਆਏਗਾ ਤੁਹਾਨੂੰ ਨਾਲ ਦੇਾਂਗੇ ਮੈਂ ਕਿਹਾ ਅੱਛਾ ਅੱਛਾ ਜੀ ਥੈਂਕ ਯੂ ਸਰ ਥੈਂਕ ਯੂ ਮੁਬਸ਼ਿਰ ਭਾਈ ਤੇ ਤਿੰਨ ਚਾਰ ਦੇ ਵਿੱਚ ਨੇ ਇੱਕ ਹੋਰ ਬਰਦਾਸ਼ਤ ਕਰ ਲੈਣਾ YouTube ਚੈਨਲ ਹੈ ਜੀ ਇੱਕ ਬਰਦਾਸ਼ਤ ਨਹੀਂ ਹੋ ਸਕਦਾ ਨਹੀਂ ਭਾਈ ਨਾ ਉਹ ਗੱਲ ਨਹੀਂ ਹੈਗੀ ਕਸਮ ਚਲੋ ਭਾਈ ਨਾ ਬਹਿ ਜਾਓ ਤੁਹਾਨੂੰ ਚਾਪਰ ਚ ਪੈਕ ਕਰਕੇ ਵਾਪਸ ਦੇ ਦਾਂਗੇ ਭਾਈ ਮਾਸ਼ਾਅੱਲਾ ਮੈਂ ਤੁਹਾਡੇ ਕੋਲ ਚਾਵਲ ਲੈਣ ਲਗਾ ਅੱਲਾ ਦੇ ਨਾਂ ਤੇ ਅੱਗੇ ਵੀ ਦਾਤਾ ਸਾਹਿਬ ਲੈਂਦੇ ਹੀ ਰਹੇ ਇਹ ਨਵੇਂ ਲੈਣੇ ਇੱਕ ਦਫਾ ਹੋਰ ਸਹੀ ਤੁਹਾਨੂੰ ਸਿਰਫ ਦਾਤਾ ਸਾਹਿਬ ਯਾਦ ਹੈ ਉੱਥੇ ਚੱਕਰ ਤੇ ਨਗਰੀ ਦਾਤਾ ਦੀ ਹੈ ਨਾ ਐ ਤੇ ਹੈ ਨਗਰੀ ਦਾਤਾ ਦੀ ਐ ਤੇ ਹੈ ਅੱਛਾ ਭਾਈ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਆਪਣਾ ਜਿਹੜਾ ਹੈ ਐ ਤੇ ਕਿਸ ਤਰ੍ਹਾਂ ਤੁਸੀਂ ਹੈ ਮੇਰੀ ਬਾਬਾ ਚੱਲਦੀ ਮੇਰੀ ਜਿਹੜੀ ਮੈਂ ਚਾਹੀਦਾ ਤੂੰ ਵਾਚਿੰਗ ਵੇਰੇ ਛੰਡ ਤੂੰ ਲਾਉਣ ਤਰ੍ਹਾਂ ਰਿਹਾ ਯਾਰ ਕਮਾਲ ਹੈ ਕਮਾਲ ਹੋ ਗਈ ਭਾਈ ਜਾਨ ਤੁਹਾਡੇ ਤੇ ਅੱਛਾ ਕਹਿਣ ਦਾ ਮਤਲਬ ਇਹਨਾਂ ਦੇ ਹੱਥ ਕਿਉਂ ਨਹੀਂ ਖਲੋਂਦੇ ਕਿਹੜੀ ਚੀਜ਼ ਇਹਨਾਂ ਦੇ ਹੱਥ ਹੈ ਜਿਹੜੀ ਮੈਂ ਪੜਾਵਾਂ ਕਿ ਬਾਰ-ਬਾਰ ਇਹਨਾਂ ਨੂੰ ਹੱਥ ਪਾਣ ਮੈਂ ਇੱਕ ਚੀਜ਼ ਵੀ ਖਾਣ ਲਗਾਉਣ ਵੇਖਣਾ ਜ਼ਰਾ ਨਹੀਂ ਇਹ ਵੈਸੇ ਵੀ ਅੱਖਾਂ ਨਾਲ ਵੇਖ ਲੈ ਤੂੰ ਅੰਨਾ ਕਿ ਨਜ਼ਰ ਨਹੀਂ ਆਉਂਦਾ ਮਾਸ਼ਾਅੱਲਾ ਇਹ ਯਾਰ ਗੱਲ ਅੰਨੀ ਦੀ ਨਹੀਂ ਹੁੰਦੀ ਨਹੀਂ ਇਹ ਇਸ ਲਈ ਪਾਈਦਾ ਕਿ ਜਿਹੜੀ ਤੋਪੇ ਨਾ ਉਹ ਨਾ ਵਜੇ ਮੈਂ ਅਸਲ ਵਿੱਚ ਨਾ ਤੁਸੀਂ ਧੁੱਪ 'ਚ ਵੈਲਡਿੰਗ ਕਰਨੀ ਤੁਸੀਂ ਵੈਲਡਿੰਗ ਵਾਲੀ ਰੱਖੀ ਮੈਂ ਤੇ ਵੈਲਡਿੰਗ ਵਾਲੀ ਰੱਖੀ ਵੇਖ ਲੈ ਵੈਲਡਿੰਗ ਵਾਲੀ ਇਹਦਾ ਕੰਮ ਕਰਦੇ ਹੋ ਤੁਸੀਂ ਹੋਰ ਅਸਲ ਮੈਂ ਨਾ ਪਤਾ ਕੀ ਬਾਤ ਕੀ ਹੈ ਫਿਰ ਇਸ ਤਰ੍ਹਾਂ ਜੋ ਹੈ ਨਾ ਮੇਰੀ ਜੋ ਸ਼ਖਸੀਅਤ ਹੈ ਨਾ ਸ਼ਖਸੀਅਤ ਬੋੜੀ ਬੋੜੀ ਜੀ ਲੱਗਦੀ ਹੈ ਨਾ ਅਪਰ ਲਾਤੋਂ ਲਾਤੇ ਚੁੱਕ ਲੋ ਨਾੜੀ ਨਾ ਚੜਾ ਲੈਣਾ ਆਪਾਂ ਓਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਭਾਈ ਆਖ ਦਿਓ ਉਮਰ ਦੇ ਹਿਸਾਬ ਨਾਲ ਆਹੀ ਕੁਛ ਨਹੀਂ ਹੁੰਦਾ ਵੈਸੇ ਤੁਸੀਂ ਭਾਈ ਨੇ ਕਮਾਲ ਹੀ ਵੈਸੇ ਕਰ ਰਹੇ ਹੋ ਤੁਸੀਂ ਬੜੀਆਂ ਜੁਗਤਾਂ ਕਰ ਰਹੇ ਹੋ ਤੁਹਾਨੂੰ ਨਹੀਂ ਪਤਾ ਮੈਂ ਕੋਈ ਆਮ ਬੰਦਾ ਨਹੀਂ ਤੂੰ ਕੀ ਹੈ ਹੈ ਕੀ ਤੁਹਾਨੂੰ ਮੇਰੀ ਮੇਰਾ ਪਤਾ ਲੱਗਿਆ ਨਾ ਕਿ ਮੈਂ ਕੌਣ ਆ ਤੁਹਾਨੂੰ ਇਹ ਪਤਾ ਲੱਗਿਆ ਕਿ ਮੈਂ ਕੌਣ ਆ ਪਤਾ ਨਹੀਂ ਮੈਂ ਕੌਣ ਆ ਤੇ ਤੈਨੂੰ ਮੇਰਾ ਪਤਾ ਲੱਗਿਆ ਨਾ ਕਿ ਮੈਂ ਕੌਣ ਆ ਉਹ ਭਾਈ ਤੁਸੀਂ ਇੱਕ ਆਮ ਆਦਮੀ ਹੋ ਸ਼ਹਿਰੀ ਹੋਰ ਕੌਣ ਆ ਤੁਸੀਂ ਹੋਰ ਕੀ ਹੋ ਸਕਦੇ ਹੋ ਤੁਸੀਂ ਰੱਖ ਉੱਥੇ ਭਾਈ ਨੇ ਕਿਉਂਕਿ ਰੱਖ ਉੱਥੇ ਭਾਈ ਤੁਸੀਂ ਸੀਰੀਅਸ ਹੋ ਤੈਨੂੰ 3-4 ਵਾਰੀ ਮੈਂ ਕਿਹਾ ਮੇਰੀ ਗੱਲ ਤੇ ਤਮੀਜ਼ ਨਹੀਂ ਹੈਗੀ ਹੈ ਮੇਰੀ ਗੱਲ ਤੇ ਸੁਣੋ ਤੈਨੂੰ ਤਮੀਜ਼ ਹੈ ਕਿ ਨਹੀਂ ਹੈ ਯਾਰ ਮੈਂ ਤੁਹਾਡੀ ਐਨਕ ਭਾਈ ਨੂੰ ਮੈਂ ਤੁਹਾਡਾ ਇੱਕ ਬੰਦਾ ਇੱਕ ਬਰਾਬਰ ਸਮਝਦਾ ਤੈਨੂੰ ਪਤਾ ਮੈਂ ਕੌਣ ਆ ਭਾਈ ਨੇ ਤੈਨੂੰ ਪਤਾ ਮੈਂ ਕੌਣ ਆ ਤੁਸੀਂ ਤੇ ਸੀਰੀਅਸ ਹੀ ਹੋ ਗਏ ਇੱਕ ਮਿੰਟ ਖਲੋ ਉੱਥੇ ਬੈ ਥੱਲੇ ਬੈ ਖੁਦਾ ਦੀ ਕਸਮ ਥੱਲੇ ਬੈਠ ਇੱਕ ਮਿੰਟ ਮੈਂ ਤੁਹਾਨੂੰ ਦੱਸ ਗੱਲ ਸੁਣੋ ਮੈਂ ਥੱਲੇ ਬੈ 2 ਮਿੰਟ ਵੇਟ ਕਰ ਮੇਰੀ ਗੱਲ ਸੁਣੋ ਮੈਂ ਤੁਸੀਂ ਹਰ ਇੱਕ ਬੰਦੇ ਨਾਲ ਮਜ਼ਾਕ ਹੀ ਸ਼ੁਰੂ ਕੀਤਾ ਦੇਖੋ ਭਾਈ ਨਾ ਆਪਣਾ ਨਾ YouTube ਦਾ ਚੈਨਲ ਜੋ ਵੀ ਹੈ ਤੇਰਾ ਜੋ ਵੀ ਹੈ ਕੀ ਕਰਾਂ ਇਨਸਾਨ ਬਣ ਕੇ ਬੈਠ ਇੱਥੇ ਬੈਠ ਫਿਰ ਮੈਂ ਹੁਣੇ ਦੱਸਣਾ ਕਿ ਕਿਵੇਂ ਸਰਕਾਰੀ ਬੰਦੇ ਨੂੰ ਹੱਥ ਪਾਈਦਾ ਥੱਲੇ ਬੈਠ ਸਰਕਾਰੀ ਬੰਦੇ ਹੋ ਨਹੀਂ 2 ਮਿੰਟ ਖਲੋ ਯਾਰ ਕਿਹੜੀ ਪੀਐਚਏ ਜੋਬ ਕਰਦੇ ਹੋ ਹੈ ਕਿਹੜੀ ਪੀਐਚਏ ਫਿਰ ਆਇਆ ਆਦਮੀ ਕਿਹੜੀ ਫਿਰਿਆ ਹੋਇਆ ਜਿਹੜੇ ਨਵਾਂ ਕੋਟ ਥਾਣੇ ਤੋਂ ਏ ਐਸ ਆਈ ਆ 2 ਮਿੰਟ ਖਲੋ ਜਾ ਤੈਨੂੰ ਪਤਾ ਲੱਗ ਜਾਂਦਾ ਮੈਂ ਕੌਣ ਹੈ ਕੌਣ ਸੌਰੀ ਉਹ ਬੈਠ ਸਕੂਨ ਨਾ ਨਵੀਦ ਭਾਈ ਥੱਲੇ ਬੈਠ ਥੱਲੇ ਬੈਠ ਫੋਨ ਕਰ ਵੇਟ ਕਰ ਜਰਾ ਨਵੀਦ ਭਾਈ ਵੇਟ ਕਰ ਹੈ ਸੌਰੀ ਤੈਨੂੰ ਪਹਿਲੋਂ ਨਹੀਂ ਸੀ ਯਾਦ ਰਿਹਾ ਨਵੀਦ ਭਾਈ ਮੈਂ ਨਹੀਂ ਕਰਾਂਗਾ ਤੈਨੂੰ ਪਹਿਲੇ ਨਹੀਂ ਸੀ ਯਾਦ ਇੱਧਰ ਵੇਖੋ ਨਵੀਦ ਭਾਈ ਮੂੰਹ ਚੁੱਕ ਕੇ ਆ ਜਾਂਦੇ ਜਿਵੇਂ ਦਿਲ ਕਰਦਾ ਲਾ 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 ਤਮੀਜ਼ ਨਾ ਤੇ ਤੁਹਾਡੇ ਕੋਈ ਚੀਜ਼ ਨਹੀਂ ਹੈਗੀ ਓਕੇ ਨਵੀਦ ਨਵੀਦ ਭਾਈ ਇੱਧਰ ਵੇਖੋ ਸੌਰੀ ਹੈ ਨਵੀਦ ਭਾਈ ਮੈਂ ਸੌਰੀ ਬਾਅਦ ਚ ਤੈਨੂੰ ਯਾਦ ਸੀ ਨਾ ਇੱਧਰ ਵੇਖੋ ਨਵੀਦ ਭਾਈ ਚਲੋ ਬੰਦ ਕਰੋ ਯਾਰ ਇਹਨੂੰ ਬੰਦ ਕਰ ਇਹਨੂੰ